ਬਰਨਾਲਾ ਕੱਲ ਦੇ ਸ਼ਾਮ ਵਿੱਚ ਇੱਕ ਸੂਚਨਾ ਮਿਲਦੀ ਹੈ ਕਿ ਬਰਨਾਲਾ ਦੀ ਰਾਮ ਰਾਜਾ ਕਲੋਨੀ ਵਿੱਚ ਕੋਠੀ ਵਿੱਚ ਤਿੰਨ ਡੈੱਡ ਬੋਡੀਆ ਮਿਲੇ ਜਿਸ ਤੇ ਜਿਹੜੇ ਕਿ ਇੱਕ ਸਨਸਨੀ ਫੈਲਦੀ ਹੈ ਬਰਦ ਖਾਵਾਂ ਕਿ ਅਸੀਂ ਬਨਾਲਾ ਦੇ ਸਿਵਲ ਹਸਪਤਲ ਖੜੇ ਆ ਉਹ ਤਿੰਨ ਡੈੱਡ ਬੋਡੀ ਜੋ ਮਿਲੀ ਸੀ ਉਹ ਕੁਲਵੀਰ ਸਿੰਘ ਮਾਨ ਇੱਕ ਬਨਾਲਾ ਦੇ ਨਾਮੀ ਹਸਤੀ ਜੋ ਬਨਾਲਾ ਦੇ ਸਿੰਧੂਪੱਤੀ ਰਹਿਣ ਵਾਲੇ ਸੀ ਜਨਵਰੀ ਮਹੀਨੇ ਵਿੱਚ ਹੀ ਉਹ ਰਾਮਰਾਜਾ ਕਲੋਨੀ ਸਿੰਘੇੜਾ ਰੋਡ ਤੇ ਵਿੱਚ ਇੱਕ ਕੋਠੀ ਪਾ ਕੇ ਉੱਥੇ ਆਪਣੇ ਪਰਿਵਾਰ ਸਮੇਤ ਰਹਿਣ ਲੱਗੇ ਸੀ ਤੇ ਉਸ ਵਿੱਚ ਕੱਲ ਜਿਹੜੀ ਡੇਰਾ ਸਾਹਿਬ ਸ਼ਾਮ ਨੂੰ ਸੂਚਨਾ ਮਿਲਦੀ ਹੈ ਕਿ ਇਸ ਘਰ ਵਿੱਚ ਤਿੰਨ ਡੈੱਡ ਬੋਡੀਆਂ ਪਾਈਆਂ ਗਈਆਂ ਪਰ ਜਦ ਅਸਲ ਜਾਣਕਾਰੀ ਮਿਲਦੀ ਹੈ ਕਿ ਕੁਲਵੀਰ ਸਿੰਘ ਮਾਨ ਜੋ ਇੱਕ ਨਾਮੀ ਬਨਾਲਾ ਦੇ ਹਸਤੀ ਸੀ ਤੇ ਉਹ ਬਰਨਾਲਾ ਵਿੱਚ ਉਹਨਾਂ ਨੇ ਆਪਣੀ ਪਹਿਲਾਂ ਆਪਣੀ ਬੇਟੀ ਦੀ ਗੋਲੀ ਮਾਰੀ ਫਿਰ ਆਪਣੀ ਮਾਤਾ ਦੀ ਗੋਲੀ ਮਾਰੀ ਉਸ ਤੋਂ ਬਾਅਦ ਉਹਨਾਂ ਨੇ ਆਪ ਦੇ ਇੱਕ ਰੱਖੇ ਕਰੇ ਪਾਲਤੂ ਡੌਗ ਦੀ ਗੋਲੀ ਮਾਰੀ ਫਿਰ ਉਹਨਾਂ ਨੇ ਆਪ ਦੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਇਸ ਬਨਾਲਾ ਦੇ ਹਸਪੀਟਲ ਖੜੇ ਆ ਇੱਥੇ ਉਹਨਾਂ ਦੀ ਤਿੰਨਾਂ ਦੀ ਡੈੱਡ ਬੋਡੀ ਰੱਖੀ ਗਈ ਹੈ ਕੁਝ ਸਮੇਂ ਬਾਅਦ ਉਹਨਾਂ ਦਾ ਪੋਸਟਮਾਰਟਮ ਕੀਤਾ ਜਾਊਗਾ ਹਾਲਾਂਕਿ ਇਹ ਵੱਡੀ ਖਬਰ ਹੈ ਕਿਉਂਕਿ ਇੱਕ ਨਾਮੀ ਹਸਤੀ ਕੁਲਬੀਰ ਸਿੰਘ ਮਾਨ ਸਾਰੇ ਨਾਲ ਵਿਚਰਨ ਵਾਲਾ ਬੰਦਾ ਸੀ ਸ਼ਹਿਰ ਵਿੱਚ ਉਹਨੇ ਸਾਰਿਆਂ ਨਾਲ ਵਰਤਪਤਾ ਚੰਗਾ ਵਰਤਪਤਾ ਸੀ ਜਿਉਂ ਉਹਦੇ ਘਟਨਾਵਾਂ ਵਾਪਰਦੀ ਹੈ ਹਰ ਇੱਕ ਦੀ ਇੱਕ ਚਿੰ ਕਿਸ ਤਰ੍ਹਾਂ ਹੋ ਗਿਆ ਕਿਉਂਕਿ ਜਿਹੜਾ ਪੁਲਿਸ ਨੇ ਦੱਸਣ ਮੁਤਾਬਕ ਇਹ ਹੀ ਘਟਨਾ ਕਿ ਜਿਹੜੇ ਕੁਲਬੀਰ ਸਿੰਘ ਮਾਨ ਉਹ ਮਾਨਸਿਕ ਤੌਰ ਤੇ ਮਨੇ ਡਿਸਟ ਇੱਕ ਦਵਾਈ ਲੈ ਰਹੇ ਸੀ ਜਿਹੜੇ ਡਿਪਰੈਸ਼ਨ ਦੇ ਮਰੀਜ਼ ਸੀ ਕਾਫੀ ਲੰਬੇ ਸਮੇਂ ਤੋਂ ਦਵਾਈ ਲੈ ਰਹੇ ਸੀ ਤੇ ਜਿਹੜੀ ਘਟਨਾ ਵਾਪਰੀ ਹੈ ਇਹ ਮੰ ਡਿਪਰੈਸ਼ਨ ਕਰਕੇ ਇਹ ਘਟਨਾ ਦੱਸੀ ਜਾ ਰਹੀ ਹੈ ਜਿਸ ਸਮੇ ਇਹ ਘਟਨਾ ਹੋਈ ਘਰ ਵਿੱਚ ਉਹਨਾਂ ਦੀ ਧਰਮ ਪਤਨੀ ਪੁਰਾਣੇ ਘਰ ਕੋਲ ਦੁੱਧ ਲੈਣ ਗਏ ਹੋਏ ਸੀ ਜੋ ਵਾਪਸ ਆਏ ਤੇ ਗੇਟ ਅੰਦਰੋਂ ਲੋਕ ਲੱਗਿਆ ਦੇਖਿਆ ਤੇ ਉਦੋਂ ਬਾਅਦ ਉਹਨਾਂ ਨੇ ਆਪਣੇ ਗਵੰਡੀਆਂ ਨੂੰ ਬੁਲਾਇਆ ਗਿਆ ਤਾਂ ਤੋਂ ਅੰਦਰੋਂ ਜਾ ਕੇ ਜੋ ਦੇਖਿਆ ਇਹ ਤਿੰਨ ਉਹਨਾਂ ਦੀ ਮਾਤਾ ਉਹਨਾਂ ਦੀ ਬੇਟੀ ਤੇ ਇੱਕ ਡੌਗ ਤੇ ਖੁਦ ਉਹ ਵੀ ਇੱਕ ਇਹੋ ਜਿਹੇ ਹਾਲਾਤ ਵਿੱਚ ਪਏ ਸੀ ਤੇ ਉਦੋਂ ਬਾਅਦ ਸ਼ੋਰ ਸ਼ੁਰੂ ਹੋ ਗਿਆ ਰੌਲਾ ਸ਼ੁਰੂ ਹੋਇਆ ਪੁਲਿਸ ਬੁਲਾਈ ਗਈ ਪਰ ਅਸਲ ਜਾਂਚ ਵਿੱਚ ਇਹ ਪਤਾ ਲੱਗਿਆ ਕਿ ਕੁਲਬੀਰ ਸਿੰਘ ਮਾਨ ਨੇ ਆਪਣੇ ਬੇਟੀ 21 ਸਾਲ ਦੀ ਬੇਟੀ ਜੋ ਕੈਨੇਡਾ ਤੋਂ ਆਈ ਸੀ ਛੁੱਟੀਆਂ 'ਚ ਤੇ ਉਸ ਦੇ ਗੋਲੀ ਮਾਰੀ ਤੇ ਆਪਣੇ 84 85 ਦੇ ਕਰੀਬ ਆਦੀ ਮਾਤਾ ਦੀ ਗੋਲੀ ਮਾਰੀ ਤੇ ਆਪਦੇ ਜਿਹੜੇ ਘਰੇ ਪਾਲਤੂ ਡੌਗ ਸੀ ਉਹਦੇ ਗੋਲੀ ਮਾਰੀ ਫਿਰ ਖੁਦ ਨੂੰ ਗੋਲੀ ਮਾਰ ਲਈ ਪਰ ਇਹ ਇਸ ਘਟਨਾ ਨੂੰ ਇਲਜ਼ਾਮ ਦੇਣ ਦੇ ਬਾਅਦ ਇੱਕ ਜਰੂਰਤ ਇੱਕ ਮਾਹੌਲ ਤਣਾਅ ਦਾ ਬਣਿਆ ਹੋਇਆ ਹੈ ਪਰਿਵਾਰ ਗ੍ਰਿਸਟਰ ਦੂਰ ਦਰਾਏ ਦੇ ਪਹੁੰਚ ਰਹੇ ਹਨ ਨੇ ਪਤਨੀ ਦੀ ਹਾਲਾਤ ਵੀ ਖਰਾਬ ਨੇ ਪਰ ਇੱਕ ਚਿੰਤਾ ਦਾ ਕਾਰਨ ਜ਼ਰੂਰ ਹੈ ਕਿਉਂਕਿ ਹਰੇਕ ਬਰਗ ਨਾਲ ਅੱਛਾ ਵਰਤਵਾਰ ਰੱਖਣ ਵਾਲੇ ਕੁਲਵੀਰ ਮਾਨ ਨੇ ਜਿਹੜੀ ਘਟਨਾ ਇਹ ਘਟਨਾ ਹੋਈ ਹੈ ਪਰ ਇਸ ਨੂੰ ਲੈ ਕੇ ਚੂਈ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਇਸ ਚੰਗੇ ਇਨਸਾਨ ਚੰਗੇ ਵਰਤਣ ਵਾਲੇ ਨੇ ਜਿਹੜੀ ਘਟਨਾ ਵਾਪਰੀ ਹੈ ਘਟਨਾ ਅਲਜ਼ਾਮ ਦਿੰਦਾ ਹੈ ਇਹ ਕਿਉਂ ਦਿੰਦਾ ਹੈ ਇਸ ਨੂੰ ਲੈ ਕੇ ਸਾਰਿਆਂ 'ਚ ਇੱਕ ਰੋਸ ਤੇ ਇੱਕ ਸ਼ੋਕ ਪਾਇਆ ਜਾ ਰਿਹਾ ਹੈ ਬਨਾਲਾ ਕੱਲ ਦੇ ਸ਼ਾਮ ਵਿੱਚ ਇੱਕ ਸੂਚਨਾ ਮਿਲਦੀ ਹੈ ਕਿ ਬਨਾਲਾ ਦੀ ਰਾਮ ਰਾਜਾ ਕਲੋਨੀ ਵਿੱਚ ਇੱਕ ਕੋਠੀ ਵਿੱਚ ਤਿੰਨ ਡੈੱਡ ਬੋਡੀਆ ਮਿਲੇ ਹਨ ਜਿਸ ਤੇ ਜਿਹੜੇ ਕਿ ਇੱਕ ਸੰਸਨੀ ਫੈਲਦੀ ਹੈ ਪਰ ਦਿਖਾਵਾ ਕਿ ਆਸੀਂ ਬਨਾਲਾ ਦੇ ਸਿਵਲ ਹਸਪਤਲ ਖੜੇ ਆ ਉਹ ਤਿੰਨ ਡੈੱਡ ਬੋਡੀ ਜੋ ਮਿਲੀ ਸੀ ਉਹ ਕੁਲਵੀਰ ਸਿੰਘ ਮਾਨਿਕਮ ਬਨਾਲਾ ਦੇ ਨਾਮੀ ਹਸਤੀ ਜੋ ਬਨਾਲਾ ਦੇ ਸਿੰਧੂਪਤੀ ਰਹਿਣ ਵਾਲੇ ਸੀ ਜਨਵਰੀ ਮਹੀਨੇ ਵਿੱਚ ਹੀ ਉਹ ਰਾਮ ਰਾਜਾ ਕਲੋਨੀ ਸਿੰਘੇੜਾ ਰੋਡ ਤੇ ਵਿੱਚ ਇੱਕ ਕੋਠੀ ਪਾ ਕੇ ਉੱਥੇ ਆਪਣੇ ਪਰਿਵਾਰ ਸਮੇਤ ਰਹਿਣ ਲੱਗੇ ਸੀ ਤੇ ਉਸ ਵਿੱਚ ਕੱਲ ਜਿਹੜੀ ਦੇ ਰਾਸ਼ ਸਾਮ ਨੂੰ ਸੂਚਨਾ ਮਿਲਦੀ ਹੈ ਇਸ ਘਰ ਵਿੱਚ ਤਿੰਨ ਡੈੱਡ ਬੋਡੀਆਂ ਪਾਈਆਂ ਗਈਆਂ ਪਰ ਜਦ ਅਸਲ ਜਾਣਕਾਰੀ ਮਿਲਦੀ ਹੈ ਕਿ ਕੁਲਵੀਰ ਸਿੰਘ ਮਾਨ ਜੋ ਇੱਕ ਨਾਮੀ ਬਨਾਰਦੀ ਹਸਤੀ ਸੀ ਤੇ ਉਹ ਬਰਨਾਲਾ ਵਿੱਚ ਉਹਨਾਂ ਨੇ ਆਪਣੀ ਪਹਿਲਾਂ ਆਪਣੀ ਬੇਟੀ ਦੀ ਗੋਲੀ ਮਾਰੀ ਫਿਰ ਆਪਣੀ ਮਾਤਾ ਦੀ ਗੋਲੀ ਮਾਰੀ ਉਸ ਤੋਂ ਬਾਅਦ ਉਹਨਾਂ ਨੇ ਆਪ ਦੇ ਇੱਕ ਰੱਖੇ ਕਰੇ ਪਾਲਤੂ ਡੌਗ ਦੀ ਗੋਲੀ ਮਾਰੀ ਫਿਰ ਉਹਨਾਂ ਨੇ ਆਪ ਦੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਇਸ ਬਰਨਾਲਾ ਦੇ ਹਸਪੀਟਲ ਖੜੇ ਆ ਇੱਥੇ ਉਹਨਾਂ ਦੀ ਤਿੰਨਾਂ ਦੀ ਡੈੱਡ ਬੋਡੀ ਰੱਖੀ ਗਈ ਹੈ ਕੁਝ ਸਮੇਂ ਬਾਅਦ ਉਹਨਾਂ ਦਾ ਪੋਸਟਮਾਰਟਮ ਕੀਤਾ ਜਾਊਗਾ ਹਾਲਾਂਕਿ ਇਹ ਵੱਡੀ ਖਬਰ ਹੈ ਕਿਉਂਕਿ ਇੱਕ ਨਾਮੀ ਹਸਤੀ ਕੁਲਵੀਰ ਸਿੰਘ ਮਾਨ ਸਾਰੇ ਨਾਲ ਵਿਚਰਨ ਵਾਲਾ ਬੰਦਾ ਸੀ ਸ਼ਹਿਰ ਵਿੱਚ ਉਹਨੇ ਸਾਰਿਆਂ ਨਾਲ ਬਰਤਪਤਾ ਚੰਗਾ ਬਰਤਪਤਾ ਸੀ ਜਿਹੋ ਦੇ ਘਟਨਾ ਵਾਪਰਦੀ ਹੈ ਹਰ ਇੱਕ ਦੀ ਇੱਕ ਚਿੰਤਾ ਕਰਨ ਇਹ ਕਿਸ ਤਰ੍ਹਾਂ ਹੋ ਗਿਆ ਕਿਉਂਕਿ ਜਿਹੜਾ ਪੁਲਿਸ ਨੇ ਦਸਤਾਵੇਜ਼ ਮੁਤਾਬਕ ਇਹ ਘਟਨਾ ਕਿ ਜਿਹੜੇ ਕੁਲਬੀਰ ਸਿੰਘ ਮਾਨ ਉਹ ਮਾਨਸਿਕ ਤੌਰ ਤੇ ਮਨ ਡਿਸਟਰਬ ਇੱਕ ਦਵਾਈ ਲੈ ਰਹੇ ਸੀ ਜਿਸ ਜਿਹੜੇ ਡਿਪਰੈਸ਼ਨ ਦੇ ਮਰੀਜ਼ ਸੀ ਕਾਫੀ ਲੰਬੇ ਸਮੇਂ ਤੋਂ ਦਵਾਈ ਲੈ ਰਹੇ ਸੀ ਤੇ ਜਿਹੜੀ ਘਟਨਾ ਵਾਪਰੀ ਹੈ ਇਹ ਮੰ ਡਿਪਰੈਸ਼ਨ ਕਰਕੇ ਇਹ ਘਟਨਾ ਦੱਸੀ ਜਾ ਰਹੀ ਹੈ ਜਿਸ ਸਮੇ ਇਹ ਘਟਨਾ ਹੋਈ ਘਰ ਵਿੱਚ ਉਹਨਾਂ ਦੀ ਧਰਮ ਪਤਨੀ ਪੁਰਾਣੇ ਘਰ ਕੋਲ ਦੁੱਧ ਲੈਣ ਗਏ ਹੋਏ ਸੀ ਜੋ ਵਾਪਸ ਆਏ ਤੇ ਗੇਟ ਅੰਦਰੋਂ ਲੋਕ ਲੱਗਿਆ ਦੇਖਿਆ ਤੇ ਉਦੋਂ ਬਾਅਦ ਉਹਨਾਂ ਨੇ ਆਪਣੇ ਗਵੰਡੀਆਂ ਨੂੰ ਬੁਲਾਇਆ ਗਿਆ ਤਾਂ ਤੇ ਅੰਦਰੋਂ ਜਾ ਕੇ ਜੋ ਦੇਖਿਆ ਇਹ ਤਿੰਨ ਉਹਨਾਂ ਦੀ ਮਾਤਾ ਉਹਨਾਂ ਦੀ ਬੇਟੀ ਤੇ ਇੱਕ ਡੌਗ ਤੇ ਖੁਦ ਉਹ ਵੀ ਇੱਕ ਇਹੋ ਜਿਹੇ ਹਾਲਾਤ ਵਿੱਚ ਪਏ ਸੀ ਤੇ ਉਦੋਂ ਬਾਅਦ ਸ਼ੋਰ ਸ਼ੁਰੂ ਹੋ ਗਿਆ ਰੌਲਾ ਸ਼ੁਰੂ ਹੋਇਆ ਪੁਲਿਸ ਬੁਲਾਈ ਗਈ ਪਰ ਅਸਲ ਜਾਂਚ ਵਿੱਚ ਇਹ ਪਤਾ ਲੱਗਿਆ ਕਿ ਕੁਲਬੀਰ ਸਿੰਘ ਮਾਨ ਨੇ ਆਪਣੇ ਬੇਟੀ 21 ਸਾਲ ਦੀ ਬੇਟੀ ਜੋ ਕੈਨੇਡਾ ਤੋਂ ਆਈ ਸੀ ਛੁੱਟੀਆਂ 'ਚ ਤੇ ਉਸ ਦੇ ਗੋਲੀ ਮਾਰੀ ਤੇ ਆਪਣੇ 84 85 ਦੇ ਕਰੀਬ ਆ ਦੀ ਮਾਤਾ ਦੀ ਗੋਲੀ ਮਾਰੀ ਤੇ ਆਪਦੇ ਜਿਹੜੇ ਪਾਲਤੂ ਡੌਗ ਸੀ ਉਹਦੇ ਗੋਲੀ ਮਾਰੀ ਫਿਰ ਖੁਦ ਨੂੰ ਗੋਲੀ ਮਾਰ ਲਈ ਪਰ ਇਹ ਇਸ ਘਟਨਾ ਨੂੰ ਇਲਜ਼ਾਮ ਦੇਣ ਦੇ ਬਾਅਦ ਇੱਕ ਜਰੂਰਤ ਇੱਕ ਮਾਹੌਲ ਤਣਾਅ ਦਾ ਬਣਿਆ ਹੋਇਆ ਹੈ ਪਰਿਵਾਰ ਇਸ ਤਰ੍ਹਾਂ ਦੂਰ ਦਰਾਏ ਦੇ ਪਹੁੰਚ ਰਹੇ ਆ ਉਹਨੇ ਪਤਨੀ ਦੀ ਹਾਲਾਤ ਵੀ ਖਰਾਬ ਨੇ ਪਰ ਇੱਕ ਚਿੰਤਾ ਦਾ ਕਾਰਨ ਜ਼ਰੂਰ ਹੈ ਕਿਉਂਕਿ ਹਰੇਕ ਵਰਗ ਨਾਲ ਅੱਛਾ ਵਰਤਵਾਰ ਰੱਖਣ ਵਾਲੇ ਕੁਲਵੀਰ ਮਾਨ ਨੇ ਜਿਹੜੀ ਘਟਨਾ ਇਹ ਘਟਨਾ ਹੋਈ ਹੈ ਪਰ ਇਸ ਨੂੰ ਲੈ ਕੇ ਚੂਈ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਇਸ ਚੰਗੇ ਇਨਸਾਨ ਚੰਗੇ ਵਰਤਣ ਵਾਲੇ ਨੇ ਜਿਹੜੀ ਘਟਨਾ ਵਾਪਰੀ ਹੈ ਘਟਨਾ ਅਲਜ਼ਾਮ ਦਿੰਦਾ ਹੈ ਇਹ ਕਿਉਂ ਦਿੰਦਾ ਹੈ ਇਸ ਨੂੰ ਲੈ ਕੇ ਸਾਰਿਆਂ 'ਚ ਇੱਕ ਰੋਸ ਤੇ ਇੱਕ ਸ਼ੋਕ ਪਾਇਆ ਜਾ ਰਿਹਾ ਹੈ